ਵਿੰਦਰ ਸਿੰਘ ਨਾਮ ਹਾਂਜੀ ਠੀਕ ਆ ਜਿਹੜਾ ਦਾ ਹੋਰ ਡੈਡੀ ਦਾ ਕੀ ਨਾਮ ਪਿਤਾ ਦਾ ਮਹਿੰਗਾ ਸਿੰਘ ਮਹਿੰਗਾ ਸਿੰਘ ਹਾਂਜੀ ਠੀਕ ਆ ਕਿਹੜਾ ਪਿੰਡ ਬ੍ਰਾਹਮਣਾ ਬ੍ਰਾਹਮਣਾ ਪਟੋਲੀਆ ਡੋਲੀ ਕਿਹਦੇ ਲਾਗੇ ਪੈਣੀ ਹੈ ਕਿਹੜੇ ਪਿੰਡ ਲਾਗੇ ਪੈਣੀ ਹੈ ਕੋਈ ਸੋਇਸ਼ ਫਾਰਮੀ ਰਜਪਾਲ ਨਾ ਹਾਂਜੀ ਹੋਰ ਪਿੰਡ ਕਿਹੜਾ ਪੈਂਦਾ ਕੋਲੀਆਂ ਕਿਹੜਾ ਕੋਲੀਆਂ ਪਿੰਡ ਕੋਲੀਆਂ ਪਿੰਡ ਕਿੰਨਾ ਦਿਨ ਹੋ ਗਿਆ ਘਰੋਂ ਨਿਕਲਿਆ ਨੂੰ ਤਿੰਨ ਮਹੀਨੇ ਹੋ ਗਏ ਕਿਹਦੇ ਕੋਲ ਸੀਗਾ ਕਿਹਦੇ ਕੋਲ ਸੀਗਾ ਵੀ ਕੰਮ ਕਰਦੇ ਕਿਹਦੇ ਕੋਲ ਮੱਝਾਂ ਵਾਲਿਆਂ ਮੱਝਾਂ ਵਾਲਿਆਂ ਤੋਂ ਪੈਸੇ ਦਿੱਤੇ ਹੋ ਨਹੀਂ ਅੱਛਾ ਰੋਟੀ ਪਾਣੀ ਦਿੰਦੇ ਤੂੰ ਪੈਸੇ ਮੰਗੇ ਉਹਨਾਂ ਤੋਂ ਹਾਂ ਤੈਨੂੰ ਲੈ ਕੇ ਕਿੱਥੋਂ ਆਏ ਹੋ ਘਰੋਂ ਲੈ ਕੇ ਆਏ ਹਾਂ ਤੇਰੇ ਕਿੱਥੋਂ ਲਿਆ ਹੋਈ ਮੱਝਾਂ ਵਾਲਿਆਂ ਨੇ ਤੋਂ ਕਿੱਥੋਂ ਸੜਕ ਤੋਂ ਸੜਕ ਤੋਂ ਲੈ ਲਿਆ ਕੀ ਕਹਿੰਦੇ ਤੈਨੂੰ ਮੱਝਾਂ ਚਾਰੂ ਮੱਝਾਂ ਚਾਰੋ ਰਾਤ ਨੂੰ ਬੰਦੇ ਬੁੰਦੇ ਵੀ ਸੀਗੇ ਨਹੀਂ ਰਾਤ ਨੂੰ ਸੋਈ ਨਹੀਂ ਸੁਣੋ ਸੌਂ ਤਾਂ ਜਾਂਦੇ ਸੀ ਰਾਤ ਨੂੰ ਬੰਨ ਕੇ ਤਾਂ ਨਹੀਂ ਰੱਖਦੇ ਸੀ ਤੈਨੂੰ ਨਹੀਂ ਬੰਦ ਤਾਂ ਨਹੀਂ ਕਰਦੇ ਸੀ ਤੈਨੂੰ ਨਹੀਂ ਅੱਛਾ ਤੂੰ ਤੁੱਥੋਂ ਆਇਆ ਕਿੱਦਾਂ ਦੌੜ ਕੇ ਆਇਆ ਅੱਬੇ ਨਿਕਲ ਆਪੇ ਨਿਕਲ ਕੇ ਆਇਆ ਤੈਨੂੰ ਉਹ ਕਹਿੰਦੇ ਸੀ ਨਾ ਜਾ ਹਾਂ ਬੜੇ ਹੈ ਛੋਟੇ ਬਲੇਡ ਦੇ ਕੀ ਹੋਇਆ ਥੱਕ ਜਾਈ ਜਾਈ ਯਾਰ ਥੱਕ ਜੀ ਦਾਈ ਹਾਂਜੀ ਫੇ ਆਪੇ ਆ ਗਿਆ ਆਪੇ ਆ ਗਿਆ ਹਨਾ ਹਾਂਜੀ ਤੇ ਤੈਨੂੰ ਲੱਭਦੇ ਨਾ ਹੋਣਗੇ ਤੇ ਲੱਭਦੇ ਸੀ ਤੈਨੂੰ ਨਹੀਂ ਤੈਨੂੰ ਕਹਿੰਦੇ ਸੀ ਤੈਨੂੰ ਮੈਂ ਜਾਣ ਨੂੰ ਜਦੋਂ ਤੂੰ ਆਪਣਾ ਪਿੰਡ ਦੱਸਿਆ ਤੈਨੂੰ ਤੇ ਉਹਨੇ ਕੀ ਕਿਹਾ ਤੈਨੂੰ ਨਹੀਂ ਜਾਣਾ ਜਦੋਂ ਤੂੰ ਆਪਣਾ ਪਿੰਡ ਦੱਸਿਆ ਬ੍ਰਾਹਮਣ ਪਟੋਲੀ ਆ ਮੇਰਾ ਪਿੰਡ ਤੇ ਕੀ ਕਹਿੰਦੇ ਤੈਨੂੰ ਫਿਰ ਨਹੀਂ ਜਾਣਾ ਕਿਤੇ ਕੀ ਨਾਂ ਸੀ ਉਹਦਾ ਮੱਝਾਂ ਨੇ ਤੇ ਨਾਂ ਦੱਸ ਗੁਜਰਾਂ ਚੋਂ ਸੀ ਗੁਜਰਾਂ ਚੋਂ ਸੀ ਗੁਜਰਾਂ ਚੋਂ ਸੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿਹੜੀ ਤੁਸੀਂ ਗੱਲ ਸੁਣੀ ਆ ਇਹ ਵੀਰ ਸਾਨੂੰ ਮਿਲਿਆ ਆ ਝੁੰਬੂਵਾਲ ਪਿੰਡ ਝੁੰਬੂਵਾਲ ਪਿੰਡ ਸਾਡੇ ਬਿਲਕੁਲ ਗੋਰਾ ਆਸਰਾ ਸੇਵਾ ਘਰ ਦੇ ਤਕਰੀਬਨ 3 ਕਿਲੋਮੀਟਰ ਦੀ ਦੂਰੀ 'ਤੇ ਇਹ ਪਿੰਡ ਪੈਂਦਾ ਝੁੰਬੂਵਾਲ ਅਤੇ ਉੱਥੋਂ ਦੇ ਸਾਡੇ ਵੀਰਾਂ ਨੇ ਸਾਡੇ ਤੱਕ ਸੰਪਰਕ ਕੀਤੀ ਸਾਡੇ ਨਾਲ ਹੀ ਪਿੰਡ ਬੈਰੋਂਪੁਰ ਤੋਂ ਸਾਡਾ ਵੀਰ ਬੱਲੀ ਇਹ ਲੈ ਕੇ ਪਹੁੰਚਿਆ ਬਲੀ ਕਿਵੇਂ ਪਹੁੰਚੇ ਆ ਇਹ ਸੁਖਵਿੰਦਰ ਸਿੰਘ ਤੈਨੂੰ ਕਿੱਥੋਂ ਮਿਲਿਆ ਇਹ ਸ਼ਿਕਾਇਤ ਵਾਲੇ ਵਿੱਚ ਖੜਾ ਹੈਗਾ ਜੀ ਅੱਛਾ ਤੇ ਜਿਹਦਾ ਮੋਟਰ ਦੀ ਲੈਟ ਪਈ ਨਾ ਇਹ ਤੁਰ ਪਿਆ ਅੱਛਾ ਕਿ ਮੈਂ ਕਿਹਾ ਰੁਕ ਜਾ ਵੀ ਇੱਥੇ ਮੈਂ ਕਿਹਾ ਨਾਲ ਹੋਰ ਕੋਈ ਤਾਰ ਤੁਸੀਂ ਵੱਢਦਾ ਹੋਗਾ ਕਿ ਤਾਰਾਂ ਦਾ ਬੰਦਾ ਹੈ ਮੋਟਰਾਂ ਦੀਆਂ ਇਹਨੂੰ ਦੋਕਿਆ ਮੈਂ ਚੱਕ ਕੇ ਝੁੰਬਵਾਲ ਫੋਨ ਲਾਇਆ ਉੱਥੋਂ ਮੁੜਿਆ ਮੈਂ ਕਿਹਾ ਆ ਜਾਓ ਇਹਨੂੰ ਬੰਦਾ ਫੜ ਹੋ ਗਿਆ ਇੱਕ ਮੈਂ ਕਿਹਾ ਕੁੱਟਣਾ ਮਾਰਨਾ ਨਹੀਂ ਪਹਿਲਾਂ ਸਰਪੰਚ ਦੇ ਲੈ ਕੇ ਜਾਣਾ ਠੀਕ ਹੈ ਵੀ ਕੁੱਟਣਾ ਨਹੀਂ ਵੀ ਨਜਾਇਜ਼ ਕੁੱਟ ਹੋਊ ਜਿਹਦਾ ਉੱਥੇ ਗਏ ਤਾਂ ਫਿਰ ਤੁਹਾਡਾ ਗੱਲ ਹੋਈ ਆ ਤੇ ਪਿੰਡ ਫੋਨ ਕੀਤਾ ਫਿਰ ਤੁਹਾਡਾ ਗੱਲ ਕਰਕੇ ਉਹ ਕਹਿੰਦੇ ਵੀ ਆ ਜਾਓ ਤੁਸੀਂ ਕਿਹਾ ਆ ਜਾਓ ਇੱਥੇ ਫਿਰ ਪੁੱਛ ਗਿੱਛ ਕਰਦੇ ਹਾਂ ਤੁਹਾਨੂੰ ਲੱਗਾ ਵੀ ਤਾਰਾਂ ਵੱਢ ਰਿਹਾ ਕਿਉਂਕਿ ਕਿਸਾਨ ਵੀ ਪਰੇਸ਼ਾਨ ਆ ਰੋ ਤਾਰਾਂ ਜਿਹੜੀ ਆ ਉਹ ਵੀ ਨਹੀਂ ਰਹਿੰਦੀਆਂ ਬੰਦਾ ਹਰੇਕ ਨਿਗਾਹ ਰੱਖਦਾ ਪਰ ਅਸੀਂ ਨਾ ਹੱਥ ਜੋੜ ਕੇ ਅਪੀਲ ਜ਼ਰੂਰ ਕਰਦੇ ਹੁੰਦੇ ਸਾਰੀ ਸੰਗਤ ਨੂੰ ਵੀ ਸੰਗਤ ਜੀ ਇੱਕ ਵਾਰ ਨਾ ਚੈੱਕ ਜ਼ਰੂਰ ਕਰ ਲਿਆ ਕਰੋ ਆਪਣੇ ਪਿੰਡਾਂ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਇਹੋ ਜਿਹੇ ਵੀਰ ਜਦੋਂ ਇਹਨੂੰ ਕੁਛ ਨਹੀਂ ਪਤਾ ਇਹਨੂੰ ਕੁਝ ਨਾ ਧਰਮ ਦਾ ਪਤਾ ਤੇ ਨਾ ਹੀ ਇਹਨੂੰ ਕੋਈ ਇਹ ਪਤਾ ਵੀ ਮੈਂ ਕਿੱਥੇ ਜਾਣਾ ਆ ਵੀ ਕਿਤੇ ਰੋ ਨਾ ਕਿਤੇ ਭੁੱਖ ਹੀ ਲੱਗੀ ਹੋਊ ਕਿਸੇ ਦੇ ਘਰ ਹੀ ਵੜ ਜਾਂਦਾ ਜਾਂ ਕਿਤੇ ਹੀ ਵੜ ਜਾਂਦਾ ਤੇ ਉੱਥੇ ਇਹਨੇ ਰੋਟੀ ਮੰਗਣੀ ਆ ਤੇ ਜੇ ਕਿਤੇ ਮੰਗਣੀ ਜੇ ਬੰਦਾ ਪੁੱਛ ਲਿਆ ਤਾਂ ਇਹਨੇ ਖਾ ਲੈਣੀ ਜੇ ਨਹੀਂ ਹੋਣੀ ਤਾਂ ਇਹਨੇ ਖੜ ਜਾਣਾ ਪਰ ਸਾਡੇ ਲੋਕ ਕਈ ਵਾਰ ਸਮਝ ਲੈਂਦੇ ਚੋਰੀ ਕਰਨ ਆਇਆ ਸਾਨੂੰ ਕਈ ਇੱਦਾਂ ਦੇ ਵਿਚਾਰੇ ਮੈਂਟਲੀ ਅਪਸੈਟ ਲਵਾਰਸ ਮਿਲਦੇ ਆ ਜਿੱਦਾਂ ਉਹਨਾਂ ਦੇ ਉੱਪਰ ਉਹਨਾਂ ਕੁੱਟ ਕੁੱਟ ਉਹਨਾਂ ਦਾ ਇੱਦਾਂ ਦਾ ਹਾਲਾਤ ਬਣਾਏ ਹੁੰਦੇ ਨਾ ਤੇ ਗੱਲ ਛੱਡ ਦਿਓ ਤੁਸੀਂ ਤੇ ਇਹ ਵੀਰ ਬਚਾਅ ਹੋ ਗਿਆ ਬਲੀ ਤੂੰ ਦੇਖ ਲਿਆ ਹਨਾ ਨਹੀਂ ਤਾਂ ਕਈ ਵਾਰੀ ਬੰਦਾ ਕੁੱਟਦਾ ਹੀ ਰਹਿੰਦਾ ਆ ਵੀ ਤੂੰ ਬੋਲ ਹਨਾ ਸਗਾ ਮੈਨਾਂ ਨਾ ਲਾਈ ਇਹਨੂੰ ਹਾਂ ਮੈਂ ਕੋ ਕੁੱਟਣਾ ਨਹੀਂ ਹਾਂ ਮੈਂ ਕਿਹਾ ਤੂੰ ਦੱਸ ਕਿੱਥੋਂ ਆਇਆ ਕਿੱਦਾਂ ਆਇਆ ਇਹ ਮੈਂ ਗੁਜਰਾਂ ਤੋਂ ਆਇਆ ਗੋਹਾ ਸਿੱਟਦਾ ਐਂ ਕਰਦਾ ਮੈਂ ਕਿਹਾ ਕੋਈ ਗੱਲ ਨਹੀਂ ਤੂੰ ਆਇਆ ਤੈਨੂੰ ਕੌਣ ਕੁੱਟਦਾ ਨਹੀਂ ਕੋਈ ਵੀ ਤੇ ਅਸੀਂ ਝੁੰਬਵਾਲ ਲੈ ਕੇ ਗਏ ਝੁੰਬਵਾਲ ਸਰਪੰਚ ਜੈਨ ਸਾਹਿਬ ਨੇ ਉੱਥੇ ਮੈਂ ਬੰਦੇ ਜਾਂਦੇ ਉਹਨਾਂ ਕੋਲ ਰੋਟੀ ਖਾ ਕੇ ਗੱਲਾਂ ਗੱਲਬਾਤ ਕੀਤੀ ਇਸਨੇ ਕਿਹਾ ਆ ਜਾਓ ਮੈਂ ਕਿਹਾ ਚੱਲ ਰੋਟੀ ਪਾਣੀ ਖਾ ਕੇ ਇਦਾਂ ਛੱਡ ਗਿਆ ਨਹੀਂ ਮੈਨੂੰ ਜਦੋਂ ਸਮਝ ਆ ਗਈ ਜਦੋਂ ਫੋਟੋ ਭੇਜੀ ਮੈਂ ਕਿਹਾ ਪੰਜਾਬੀ ਜਿੱਦਾਂ ਨਾ ਬੋਲਦਾ ਪੰਜਾਬੀ ਆ ਸੰਗਤ ਜੀ ਪੰਜਾਬੀ ਇਹ ਵੀਰ ਆ ਸਾਡਾ ਘਰੋਂ ਬ੍ਰਾਹਮਣ ਪਟੋਲੀਆਂ ਦਾ ਘਰੋਂ ਨਿਕਲਿਆ ਹੋਣਾ ਜਾਂ ਨਿਕਲ ਗਿਆ ਹੋਣਾ ਅਪਸੈਟ ਆ ਤੇ ਨਿਕਲਣ ਦੇ ਨਾਲ ਜਦੋਂ ਉੱਥੋਂ ਸੜਕ ਦੇ ਉੱਪਰੋਂ ਇਹ ਦੱਸਦਾ ਆ ਵੀ ਮੈਨੂੰ ਲੈ ਗਏ ਤੇ 3 ਮਹੀਨੇ ਕਹਿੰਦਾ ਹੋ ਗਏ ਪਰ ਪਤਾ ਨਹੀਂ ਤਾਂ ਘਰਦਿਆਂ ਤੋਂ ਪਤਾ ਲੱਗਣਾ ਵੀ ਕਿੰਨਾ ਚਿਰ ਹੋ ਗਿਆ ਘਰੋਂ ਜਿਹੜਾ
निकले हुए ने उन्होंने काम करदिया नूं किन्ना चिर हो गया, इह तां हुण घरदिआं तों ही पता लगूगा। ते मरदे कुड़दे भी सीगे, मरदे कुड़दे भी सी, मरदे कुड़दे नहीं सी, मरदे भी सी, जां लुटे ही हैं, जां लुटे ही की करदे सी, छोटा मैं तां दबके ना डर जीदा, दबके ना डर जीदा, जदों तैनूं दबका मारदे तूं डर जांदे, पराली बंदे मारदे सी के प्राणी मारदे सी, तेज तेज काम लैंदे, तू करदा सीगा फिर छड दिंदे, ते जे तू नहीं करदा सी फिर फिर मारदे सी, जे तू नहीं करदा सी। अच्छा तुसीं हालात देख सकदे आ, हालात जिहड़े पैरां दे उही जिद्दां दे सानूं बंदे मिलदे सेम उही हालात, ते गल करदे आ हजे तकर भी हालात जिहड़े उह नहीं सुधरदे। तकरीबन वीडियो हरेक बंदा देखदा जिहड़ा इहो जिहा कम करदा ना जिहड़ा, तो उहदे तक वीडियो पहुँचदियाँ, जरूरी नहीं भी वीडियो भी वह लोग देखते नहीं, वह लोग अणजाण नहीं, वो लोगों तक वीडियो भी पहुँचदियाँ, उन्होंने लोगों को पता भी आ भी असं गलत कर रहे हैं, पर उन्होंने जी आत्मा तो जमीर जी ना वह हजे तपर भी मरी हुई है, उन्होंने आत्मा भी मरी, जमीर भी मरी हुआ। वो लोग चंद पैसे बचाने के लिए किसी की जिंदगी खराब करने के लिए नहीं सोचते, यदा भी घर में जाने दिल करता। घर च कौन कौन आ, दिल करदा जान नूं हैं, याद आउंदी आ, तू उहनां नूं कहा सी जिन्हां को काम करदा सी, कहा सी मैं जाना आ, फिर की कहिंदे सी, चल गए हैं, चल गए। गल करिए भी भरा भी है, तीन भरा, तीन भरा, भैन भैन, तीन ब्याहिया, अच्छा कितने कितने ब्याहिया भैन, कितने कितने ब्याहिया, आसपुर, कितने आसपुर, आसपुर आसपुर, ते होर दूजी भैन, दूजी भैन है चकमीरपुर, चकमीरपुर, हाँ जी, तीजी भैन दौलतपुर, दौलतपुर, तिना भैन के जिते जिते बह ना भी दस, मतलब यदा भी वह दसदा आ, तो वह भी जबरदस्ती ही समझ लो एक किस्म का, जो जो बंद अपने घर है आप निकल के आया, की कहिंदे सी तैनूं, नहीं जान देना सी जे तू ना निकलदा, बिच डर लगदा जी है, दबका जिहड़ा पीता बिच डर लगदा, मेनू दबके ना डर लगता, मतलब दबके मार मारा मुंडा उना का मुंडा तू उ पिंड बलदेव कौर मां का ना महंगा सिंह बाप का ना आ, मैं अपनी टीम नूं कहूंगा भी अपनी साडी टीम लावे किधर लाओ फोन है ना सारी, बाकी आपां जे कोई अपने वीर जे को ब्राह्मणा पटोलियां रजपालमा दे वीर कोई भरा साडे को देखदे आ लाइव दे विच ते जुड़े आ, महंगा सिंह बाप दा नाम, तीन भरा आ तरखाण परिवार फैमिली चों, ते असीं जरूर इहनूं वीर नूं घर पहुंचाउणा आ, पता नहीं किन्ने चिर हो गया घर जाण नूं दिल कर जाणा आ, फिर जाणा घर नहीं रख लईए तैनूं यार, मेरे को रह ला, मेरे को रहना, मेरे को नहीं रहना, घर छड़ दूंगा फिर जाऊंगा तो ना करो, नहीं पक्का, पक्का नहीं जाऊंगा ना,
ਦੇਖ ਲਾ ਲੋਕ ਕਿੰਨੇ ਖਰਾਬ ਆ ਮੁੜ ਕੇ ਤੈਨੂੰ ਇੱਦਾਂ ਫੜ ਲੈਂਦੇ ਆ ਹਨਾ ਤੇ ਮੱਝਾਂ ਵੀ ਚਰਾਉਂਦੇ ਆ ਤੇ ਪੱਠੇ ਵੀ ਪਾਉਂਦੇ ਹੋਣੇ ਹਨਾ ਅਜੇ ਤੱਕਰ ਵੀ ਇੱਦਾਂ ਡੇਰਿਆਂ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਲੋਕ ਕਿੰਨੇ ਕੁ ਕਿੰਨੇ ਕੁ ਮੁੰਡੇ ਨੌਜਵਾਨ ਜਿਹੜੇ ਸਾਡੇ ਫਸੇ ਆ ਅਜੇ ਤੱਕ ਵੀ ਗੁਲਾਮੀ ਦੀ ਜ਼ਿੰਦਗੀ ਜੀ ਰਹੇ ਆ ਇੱਕ ਸਿਰਫ ਰੋਟੀ ਦੇ ਰੋਟੀ ਸਿਰਫ ਦੋ ਟਾਈਮ ਦੀ ਰੋਟੀ ਦੇ ਸਿਰ ਤੇ ਸਾਰਾ ਸਾਰਾ ਦਿਨ ਪਸ਼ੂਆਂ ਵਾਂਗੂ ਹਜੇ ਤੱਕ ਵੀ ਬਹੁਤ ਸਾਡੇ ਵੀਰ ਸਾਡੇ ਭਰਾ ਕੰਮ ਜਿਹੜੇ ਕਰਵਾਇਆ ਜਾ ਰਿਹਾ ਸਾਰੇ ਵੀਰ ਹੱਥ ਬੰਨ ਕੇ ਬੇਨਤੀ ਮੈਂ ਕਰਦਾ ਜਿੰਨੇ ਅੱਗੇ ਵੀ ਇਹ ਅਪੀਲ ਕਰਦੇ ਹਾਂ ਤੇ ਆਪਣੇ ਪੱਧਰ ਤੇ ਜਾ ਕੇ ਸਵਾਲ ਕਰੋ ਛਡਾਓ ਜੇ ਤੁਹਾਨੂੰ ਨਹੀਂ ਲੱਗਦਾ ਸਾਡੇ ਨਾਲ ਸਾਡਾ ਹੈਲਪਲਾਈਨ ਨੰਬਰ 94-71-7895 ਤੇ ਸਾਨੂੰ ਸੰਪਰਕ ਕਰੋ ਸਾਨੂੰ ਵੀਡੀਓ ਬਣਾ ਕੇ ਜ਼ਰੂਰ ਪਹੁੰਚਾਓ ਜੋ ਵੀ ਅਸੀਂ ਕਰ ਸਕਦੇ ਹਾਂ ਅਸੀਂ ਜ਼ਰੂਰ ਕਰਾਂਗੇ ਦੁਬਾਰਾ ਤੋਂ ਮੈਂ ਹੈਲਪਲਾਈਨ ਨੰਬਰ ਬੋਲਦਾ 94-71-7895 ਵੱਧ ਤੋਂ ਵੱਧ ਸ਼ੇਅਰ ਕਰੋ ਜਿੱਥੇ ਵੀ ਹੈਗਾ ਕੋਈ ਇੱਦਾਂ ਦਾ ਕੋਈ ਤੁਹਾਨੂੰ ਕੋਈ ਲੱਗੇ ਕੋਈ ਗੁਲਾਮ ਬਣਾ ਕੇ ਰੱਖਿਆ ਹੋਇਆ ਆਪਾਂ ਉਹਨੂੰ ਛੁਡਾ ਕੇ ਉਹਨੂੰ ਘਰ ਪਹੁੰਚਾਉਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।